ਅਸਲਾਮੁ ਅਲੈਕੁਮ ਦੋਸਤੋ, ਅੱਜ ਗੱਲ ਕਰਾਂਗੇ ਤਿਲੀ ਦੀ ਫਸਲ ਦੇ ਮੁਤਲਕ। ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲੇ ਵੀ ਦੱਸ ਚੁੱਕੇ ਹਾਂ, ਇਸ ਸਾਲ 2024 ਦੇ ਵਿੱਚ ਪਾਕਿਸਤਾਨ ਦੇ ਅੰਦਰ ਤਿਲ ਦੀ ਬੜੀ ਰਿਕਾਰਡ ਕਾਸ਼ਤ ਹੋਈ ਹੈ ਅਤੇ ਪਾਕਿਸਤਾਨ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਤਿਲ ਪੈਦਾ ਕਰਨ ਵਾਲੇ ਮੁਲਕਾਂ ਦੇ ਅੰਦਰ 5ਵੇਂ ਨੰਬਰ 'ਤੇ ਆ ਚੁੱਕਿਆ, ਜਿਹਦੇ ਵਿੱਚ ਨਾਈਜੀਰੀਆ, ਸੁਡਾਨ, ਬ੍ਰਾਜ਼ੀਲ ਅਤੇ ਇੰਡੀਆ ਸ਼ਾਮਲ ਆ, ਉਸ ਤੋਂ ਬਾਅਦ ਪਾਕਿਸਤਾਨ ਸ਼ਾਮਲ ਆ। ਦੋਸਤੋ, ਇਸ ਸਾਲ 2024 ਦੇ ਵਿੱਚ ਵੀ ਪਾਕਿਸਤਾਨ ਦੇ ਅੰਦਰ ਬਹੁਤ ਬੜੀ ਤਾਦਾਦ ਦੇ ਵਿੱਚ ਤਿਲ ਕਾਸ਼ਤ ਕੀਤੇ ਗਏ। ਐਸੇ ਕਿਸਾਨਾਂ ਨੇ ਵੀ ਤਿਲ ਕਾਸ਼ਤ ਕੀਤੇ ਜਿਨ੍ਹਾਂ ਨੇ ਜ਼ਿੰਦਗੀ ਭਰ ਕਦੀ ਤਿਲ ਕਾਸ਼ਤ ਨਹੀਂ ਸੀ ਕੀਤੇ ਅਤੇ ਉਹਨਾਂ ਨੂੰ ਉਸ ਫਸਲ ਦੇ ਬਾਰੇ 'ਚ ਕੋਈ ਪ੍ਰੋਪਰ ਸਹੀ ਮਾਲੂਮਾਤ ਵੀ ਨਹੀਂ ਸੀ ਹੈ। ਲੇਕਿਨ ਬਹਰਹਾਲ ਉਹਨਾਂ ਨੇ ਆਪਣੇ ਮੁਖਤਲਿਫ ਜ਼ਰਾਏ ਤੋਂ ਮਾਲੂਮਾਤ ਲੈ ਕੇ ਕੋਸ਼ਿਸ਼ ਕੀਤੀ ਫਸਲ ਨੂੰ ਸੰਭਾਲਣ ਦੀ। ਲੇਕਿਨ ਇਤਫਾਕ ਨਾਲ ਐਸੇ ਸਾਲ ਹੀ 2024 ਦੇ ਵਿੱਚ ਪਾਕਿਸਤਾਨ ਦੇ ਅੰਦਰ, ਖਾਸ ਤੌਰ 'ਤੇ ਪੰਜਾਬ ਦੇ ਅੰਦਰ, ਗਰਮੀ ਦੀ ਇੱਕ ਬਹੁਤ ਬੜੀ ਲਹਿਰ ਆਈ। ਬਹੁਤ ਟੈਂਪਰੇਚਰ ਹਾਈ ਰਿਹਾ, ਮਈ, ਜੂਨ, ਜੁਲਾਈ ਹੀਟ ਵੇਵ ਮੁਸਲਸਲ ਚੱਲਦੀ ਰਹੀ। ਮੌਸਮੀਆਤੀ ਤਬਦੀਲੀ ਦੇ ਜ਼ੇਰੇ ਅਸਰ ਗਰਮੀ ਦੀ ਲਪੇਟ 'ਚ ਰਿਹਾ ਪੰਜਾਬ, ਜਿਹਦੀ ਵਜ੍ਹਾ ਤੋਂ ਫਸਲ ਕਾਫੀ ਹੱਦ ਤੱਕ ਮੁਤਾਸਰ ਹੋਈ। ਉਸ ਤੋਂ ਬਾਅਦ ਹੁਣ ਜਦੋਂ ਉਹਦੀ ਕਟਾਈ ਦਾ ਟਾਈਮ ਤਕਰੀਬਨ ਕਰੀਬ ਆਇਆ ਅਤੇ ਪਿਛਲੇ 2-3 ਹਫ਼ਤੇ ਤੋਂ ਬਾਰਿਸ਼ਾਂ ਦੇ ਸਪੈਲ ਜਿਹੜੇ ਨਾ ਜੀ, ਉਹ ਸ਼ੁਰੂ ਹੋ ਗਏ। 2-3 ਦਿਨ ਦਾ ਵਕਫਾ ਹੁੰਦਾ ਅਤੇ ਅਗਲਾ ਸਪੈਲ ਆ ਜਾਂਦਾ, 2-3 ਦਿਨ ਦਾ ਵਕਫਾ ਹੁੰਦਾ ਅਤੇ ਅਗਲਾ ਸਪੈਲ। ਬਾਰਿਸ਼ਾਂ ਅੱਛੀਆਂ ਨੇ ਮੂੰਜੀ ਦੀ ਫਸਲ ਵਾਸਤੇ, ਅੱਛੀਆਂ ਨੇ ਦੂਸਰੀਆਂ ਕੁਛ ਫਸਲਾਂ ਵਾਸਤੇ ਵੀ ਅੱਛੀਆਂ ਨੇ, ਲੇਕਿਨ ਤਿਲੀ ਦੀ ਫਸਲ ਵਾਸਤੇ ਲਗਾਤਾਰ ਅਤੇ ਬਹੁਤ ਜ਼ਿਆਦਾ ਬਾਰਿਸ਼ਾਂ ਜਿਹੜੀਆਂ ਨਾ, ਉਹ ਮੁਨਾਸਿਬ ਨਹੀਂ ਹੈਗੀਆਂ। ਉਹਦੇ ਨਾਲ ਇਸ ਫਸਲ ਨੂੰ ਨੁਕਸਾਨ ਪਹੁੰਚਦਾ। ਪਾਣੀ ਪੱਕਾ ਰਕਬਾ ਹੋਵੇ ਅਤੇ ਪਾਣੀ ਅਗਰ ਖੜ੍ਹਾ ਹੋ ਜਾਏ ਤਾਂ ਉਹ ਵੀ ਨੁਕਸਾਨ ਦਿੰਦਾ। ਫਿਰ ਲਗਾਤਾਰ ਬਾਰਿਸ਼ਾਂ ਹੋਣ ਨਾਲ ਨਮੀ ਵਾਲੀ ਫਜ਼ਾ ਦੇ ਨਾਲ ਫੰਗਸ ਆ ਜਾਂਦੀ ਆ, ਫਸਲ ਜਿਹੜੀ ਨਾ ਸੜ ਜਾਂਦੀ ਹੈ। ਇਸ ਵਕਤ ਤੱਕ ਵੀ ਦੇਖਿਆ ਗਿਆ ਕਿ ਪਹਿਲੇ ਗਰਮੀ ਦੇ ਨਾਲ ਫਸਲ ਮੁਤਾਸਰ ਹੋਈ, ਨੀਚੇ ਵਾਲਾ ਫਲ ਜਿਹੜਾ ਸੀ ਉਹਦਾ ਬਹੁਤ ਜ਼ਿਆਦਾ, ਪਹਿਲੇ ਤਾਂ ਫਲ ਲੱਗਿਆ ਹੀ ਨਹੀਂ, ਅਗਰ ਲੱਗਿਆ ਤਾਂ ਉਹਦਾ ਕੇਰਾ ਹੋ ਗਿਆ। ਨੀਚੇ ਵਾਲਾ ਪੋਰਸ਼ਨ ਜਿਹੜਾ ਨਾ ਜੀ, ਉਹ ਤਕਰੀਬਨ ਖਾਲੀ ਆ ਤਿਲ ਦਾ। ਦਰਮਿਆਨ ਤੋਂ ਉੱਪਰਾਲੇ ਹਿੱਸੇ 'ਚ ਆ ਕੇ ਜਿਹਨਾਂ ਦੋਸਤਾਂ ਨੇ ਉਹਨੂੰ ਖੁਰਾਕ ਵਗੈਰਾ ਦਿੱਤੀ, ਉਹਦੀ ਸਪਰੇਅ ਵਗੈਰਾ ਕੀਤੀ, ਉਹਨਾਂ ਦੇ ਫਲ ਹੈ। ਲੇਕਿਨ ਹੁਣ ਬਾਰਿਸ਼ਾਂ ਦੇ ਨਾਲ ਵੀ ਮੁਤਾਸਰ ਹੋਣ ਦਾ ਖਤਰਾ ਪੈਦਾ ਹੋ ਚੁੱਕਿਆ। ਨਾ ਸਿਰਫ ਖਤਰਾ ਪੈਦਾ ਹੋ ਚੁੱਕਿਆ, ਬਲਕਿ ਮੈਂ ਕੁਛ ਫੀਲਡ ਦੇਖੇ ਜਿੱਥੇ ਕਿ ਫਸਲ ਮੁਤਾਸਰ ਵੀ ਹੋ ਚੁੱਕੀ। ਪਾਣੀ ਦੇ ਨਾਲ ਜਿਹੜਾ ਨਾ ਜੀ, ਫਸਲ ਸੜ ਗਈ ਆ ਔਰ ਫੰਗਸ ਵੀ ਪੈ ਗਈ ਆ, ਝਲਸਾਓ ਪੈ ਗਿਆ ਬੁਰੇ ਤਰੀਕੇ ਨਾਲ ਅਤੇ ਫਸਲ ਪੈਚਸ ਦੇ ਵਿੱਚ ਸੜ ਗਈ ਹੈ। ਦੋਸਤੋ, ਇਹ ਸਾਰੀ ਸੂਰਤ ਹਾਲ ਜਿਹੜੀ ਨਾ ਜੀ, ਉਹ ਇਹ ਦੱਸ ਰਹੀ ਆ ਕਿ ਇਸ ਸਾਲ ਤਿਲ ਦੀ ਜਿਹੜੀ ਐਵਰੇਜ ਹੈ ਨਾ ਜੀ, ਉਹ ਕੋਈ ਮੁਨਾਸਿਬ ਨਹੀਂ ਰਹਿ। ਪਿਛਲੇ ਸਾਲ ਫਿਰ ਵੀ 8-10 ਮਣ, 11 ਮਣ ਜਿਹੜੀ ਨਾ ਜੀ ਐਵਰੇਜ ਬਣ ਗਈ ਸੀਗੀ, ਲੇਕਿਨ ਲੱਗ ਇਹ ਰਿਹਾ ਵਾ ਕਿ ਇਸ ਸਾਲ ਇਸ ਐਵਰੇਜ ਤੱਕ ਨਹੀਂ ਪਹੁੰਚ ਸਕਾਂ। ਥੋੜ੍ਹੀ ਬਹੁਤ ਜਿਹੜੀ ਕਟਾਈ ਹੁਣ ਤੱਕ ਹੋਈ ਆ, ਉਹ ਤਸੱਲੀ ਬਖਸ਼ ਨਹੀਂ ਹੈ। ਉਹਦੇ ਤੋਂ ਫਾਰਮਰ ਪਰੇਸ਼ਾਨ ਹੋਇਆ, ਕਿਉਂਕਿ ਬਹੁਤ ਥੋੜ੍ਹੀ ਐਵਰੇਜ 2-3-4-5 ਮਣ ਆ ਰਹੀ ਹੈ। ਲਾਜ਼ਾ ਇੰਨੀ ਫਸਲ ਦੇ ਨਾਲ ਜਿਹੜਾ ਨਾ ਜੀ, ਉਹ ਗੁਜ਼ਾਰਾ ਨਹੀਂ ਹੁੰਦਾ, ਐਵਰੇਜ ਮੁਤਾਸਰ ਹੋ ਗਈ ਹੈ। ਅੱਲਾ ਦੀ ਰਜ਼ਾ ਬਹਰਲ, ਅਤੇ ਅੱਲਾ ਤਾਲਾ ਬਾਕੀ ਜਿਹੜੀ ਫਸਲ ਹਜੇ ਖੜੀ ਆ, ਕਟਾਈ ਹੋਣੀ ਆ, ਕਟਾਈ ਤਾਂ ਬਹੁਤ ਥੋੜ੍ਹੀ ਹੋਈ ਹੈ, ਅੱਲਾ ਤਾਲਾ ਉਹਦੇ 'ਚ ਬਰਕਤ ਪਾਉਣਗੇ ਅਤੇ ਐਵਰੇਜ ਜਿਹੜੀ ਆ ਬਿਹਤਰ ਆ ਜਾਏਗੀ। ਲੇਕਿਨ ਫਸਲ ਮੁਤਾਸਰ ਹੋਈ ਆ ਗਰਮੀ ਨਾਲ ਔਰ ਬਾਰਿਸ਼ਾਂ ਦੇ ਨਾਲ। ਇਸ ਤੋਂ ਬਾਅਦ ਹੈ ਕਿ ਇਸ ਸੂਰਤ ਹਾਲ ਤੋਂ ਇਹ ਅੰਦਾਜ਼ਾ ਕੀਤਾ ਜਾ ਰਿਹਾ ਕਿ ਰੇਟ ਦੇ ਵਿੱਚ ਤੇਜ਼ੀ ਦੇ ਅਮਕਾਨ ਜਿਹੜੇ ਨਾ ਜੀ, ਉਹ ਮੌਜੂਦ। ਲਿਹਾਜ਼ਾ ਤੁਸੀਂ ਆਪਣੀ ਫਸਲ ਦੀ ਹਾਰਵੈਸਟਿੰਗ ਅੱਛੇ ਤਰੀਕੇ ਨਾਲ, ਉਹਦੀ ਕਟਾਈ ਕਰਾਓ, ਉਹਨੂੰ ਫਿਰ ਉਹਨੂੰ ਹਾਰਵੈਸਟ ਕਰੋ ਔਰ ਸਾਫ਼ ਸੁਥਰੀ ਫਸਲ ਜਿਹੜੇ ਨਾ, ਤਿਲਾਂ ਦੀ ਸਫਾਈ ਕਰਕੇ ਉਹਨੂੰ ਤਿਆਰ ਕਰਿਓ ਤਾਂ ਕਿ ਤੁਹਾਨੂੰ ਅੱਛਾ ਰੇਟ ਮਿਲ ਸਕੇ। ਇਸ ਵਕਤ ਤੱਕ ਜਿਹੜਾ ਰੇਟ ਹੈ ਨਾ ਜੀ, ਮੁਖਤਲਿਫ ਪੰਜਾਬ ਦੀਆਂ ਮੰਡੀਆਂ 'ਚ ਜਿਹੜਾ ਸੁਣਿਆ ਜਾ ਰਿਹਾ ਜਾਂ ਨਜ਼ਰ ਆ ਰਿਹਾ, ਉਹ ਤਕਰੀਬਨ 11-12 ਹਜ਼ਾਰ ਤੋਂ ਲਾ ਕੇ 14-14 ਹਜ਼ਾਰ ਤੱਕ ਜਿਹੜਾ ਨਾ ਜੀ, ਉਹ ਚੱਲ ਰਿਹਾ ਵਾ। ਅੱਛੇ ਸਾਫ਼ ਸੁਥਰੀ ਖੁਸ਼ਕ ਫਸਲ ਦਾ ਰੇਟ
14,000 ਤੱਕ ਹੈ। ਦੋਸਤੋ ਇਹ ਸੀ ਤਾਜ਼ਾ ਤਰੀਨ ਅਪਡੇਟ ਜਿਹੜੀ ਤਿੱਲੀ ਦੀ ਫਸਲ ਦੇ ਬਾਰੇ 'ਚ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਸੀ। ਉਮੀਦ ਆ ਕਿ ਤੁਹਾਨੂੰ ਮਾਲੂਮਾਤ ਮਿਲੀ ਹੋਏਗੀ, ਔਰ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਆ ਤਾਂ ਕਮੈਂਟਸ ਜ਼ਰੂਰ ਕਰੋ। ਤੁਹਾਡੇ ਕਮੈਂਟਸ ਕਰਨਾ ਸਾਨੂੰ ਤੁਹਾਡੇ ਖਿਆਲਾਂ ਦਾ ਪਤਾ ਚੱਲਦਾ। ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਦਰਖਾਸਤ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮੈਨੂੰ ਦਿਓ ਇਜਾਜ਼ਤ, ਰੱਬ ਰੱਖ।